ਸੀਗਾ। ਉਹ ਗੁਰੂ ਮਹਾਰਾਜ ਨੂੰ ਹਰ ਵਕਤ ਯਾਦ ਰੱਖਦਾ ਸੀ, ਚੋਰੀ ਚੋਰੀ ਕਰਕੇ ਬੱਚੇ ਪਾਲਦਾ ਸੀ। ਫਿਰ ਇੱਕ ਦਿਨ ਚੱਲਿਆ, 12-12-11 ਵਜੇ ਜਾਂਦੇ ਚੋਰ ਚੋਰੀ ਕਰਨ, ਅਤੇ ਅੱਗੋਂ ਗੁਰੂ ਸਾਹਿਬ ਕੋਲ ਭਜਾਈ ਆਵੇ, ਉਹ ਨਹੀਂ ਪਤਾ ਸੀਗਾ ਵੀ ਗੁਰੂ ਏ। ਉਹ ਰਾਹ ਛੱਡ ਕੇ ਪਾਸੇ ਖੜੋ ਗਿਆ। ਉਹ ਆਹਦਾ ਵੀ ਤੂੰ ਕਿ ਕਿੱਧਰ ਚੱਲਿਆ ਸੀ? ਉਹ ਨਹੀਂ ਉਹ ਆਹਦਾ ਮਹਾਰਾਜ ਉਹ ਮੂੰਹ ਨਿਕਲਿਆ, ਮਹਾਰਾਜ ਮੇਰੇ ਘਰੇ ਬਾਹਲੀ ਸਕੀਮੀ ਆ, ਅਤੇ ਚੋਰੀ ਚੋਰੀ ਕਰਕੇ ਬੱਚੇ ਪਾਲਦਾ। ਮੈਂ ਖਿੱਚਿਆ, ਤੂੰ ਨਾ ਕਿਉਂ ਕਰੀ, ਗਰੀਬ ਘਰ ਦੀ ਨਾ ਚੋਰੀ ਕਰੀ, ਇੱਕ ਨੂਣ ਖਾ ਕੇ ਹਰਾਮ ਨਾ ਕਰੀ। ਇਹ ਪਹਿਲਾਂ ਤਾਂ ਗੱਲ ਨੂਣ ਖਾ ਲੈ ਦਾ ਕੰਮ ਕਰਦੇ ਸੀ, ਜੇ ਨੂਣ ਖਾ ਕੇ ਹਰਾਮ ਨਾ ਕਰੀ। ਉਹਨੇ ਸੋਚਿਆ ਵੀ ਅੱਜ ਗੁਰੂ ਸਾਹਿਬ ਵੀ ਟੱਕਰ ਗਏ, ਅੱਜ ਰਾਜੇ ਦੇ ਘਰ ਨਾ ਮੈਂ ਚੋਰੀ ਕਰਨ ਜਾਵਾਂ, ਆਪਦੇ ਮਨ 'ਚ ਸੋਚ ਲਿਆ। ਉਹ ਤੁਰ ਪਿਆ, ਅੱਗੇ ਪਹਿਰੇ ਵਾਲੇ ਖੜ੍ਹੇ, ਲੰਘ ਗਿਆ ਪਹਿਰਿਆਂ ਨੂੰ ਕੋਈ ਪਤਾ ਨਹੀਂ ਵੀ ਕੌਣ ਲੰਘਿਆ ਕੌਣ ਨਾ ਲੰਘਿਆ। ਹੁਣ ਜਾ ਕੇ ਬਾਹਰ ਖੋਲ੍ਹਿਆ, ਬਾਹਰ ਖੋਲ੍ਹ ਕੇ ਚਾਦਰ ਉਛਾਈ, ਸਮਾਨ ਜਿਹੜਾ ਉਹਨੂੰ ਛਿਆਇਆ ਉਹਨੇ ਬੰਨ ਲਿਆ ਗੰਢ ਦੇਲੀ। ਐਂ ਲਵਾਰੀ ਸੀਗੀ, ਉਹ ਆਂਹਦੇ ਲਵਾਰੀ ਵੇਖ ਲਈ ਹੋਰ ਕੁਛ ਕੀ ਹੈ। ਅਤੇ ਉਹਨੇ ਅਲਵਾਰੀ ਖੋਲ੍ਹੀ, ਵਿੱਚ ਮਰਦਮਾਨ ਪਏ ਸੀ ਜਿਹੜੇ ਵੱਡੇ ਜਾਂ ਸੰਤ ਜਾਂ ਸਾਡੇ ਚੂਰਨ ਬਣਾ ਕੇ ਰੱਖਦੇ ਆ। ਉਹਨੇ ਅਲਵਾਰੀ ਖੋਲ੍ਹੀ, ਜਦੋਂ ਗਲੈਣ ਦਾ ਢੱਕਣ ਲਾਇਆ, ਉਂਗਲ ਲਾ ਕੇ ਚੱਟ ਲਿਓ, ਨੂਣ ਨੂਣ ਤਾਂ ਪੈਂਦਾ ਵਿੱਚ, ਉਹ ਉੱਥੇ ਸਮਾਨ ਬੰਨੇ ਛੱਡ ਗਿਆ, ਉੱਥੇ ਛੱਡ ਗਿਆ ਵੀ ਇਹ ਤਾਂ ਨੂਣ ਆ ਫੜੇ ਵੀ ਨੂਣ ਉੱਥੇ। ਜਦੋਂ ਸਵੇਰੇ ਉੱਠੇ, ਬਾਹਰ ਖੁੱਲ੍ਹਾ ਵੇਖਿਆ ਤਾਂ ਪੰਡ ਵੱਜੀ ਪਈ, ਅਤੇ ਉਹਨੇ ਸਦਲੇ ਪਹਿਰੇ ਆਏ ਸਾਰੇ। ਮੇਰਾ ਨਾ ਲੰਘਦੇ ਦਾ ਪਤਾ ਲੱਗਾ, ਨਾ ਆਉਂਦੇ ਨਾ ਜਾਂਦੇ ਦਾ ਕੋਈ ਉਹਨੂੰ ਪਤਾ, ਕਿਸੇ ਨੂੰ ਪਤਾ ਨਹੀਂ ਲੱਗਾ। ਉਹਨੇ ਸਦਲੇ ਵੀ ਮੇਰੇ ਚੋਰੀ ਹੋ ਗਈ, ਤੁਸੀਂ ਦੱਸੋ ਕੌਣ ਬੰਦਾ ਕੌਣ ਲੰਘਿਆ ਵੀ ਤੁਸੀਂ ਨਗਾਇਆ ਹੋਊਗਾ। ਉਹ ਆਉਂਦੇ ਨਹੀਂ ਵੀ ਅਸੀਂ ਨਗਾਇਆ, ਫੜ ਫੜ ਲੋਕਾਂ ਨੂੰ ਕੁੱਟ ਜਾਣ। ਉਹ ਕਿਤੇ ਦੂਰ ਉੱਠ ਗਿਆ, ਉਹਨੂੰ ਪਤਾ ਲੱਗ ਗਿਆ ਫੜ ਫੜ ਕੇ ਕੁੱਟੀ ਜਾਂਦੇ। ਉਹ ਆ ਗਿਆ ਵਿਚਾਰਦਾ, ਉਵੇਂ ਟੁੱਟੇ ਛਿੱਤਰ ਪਾਏ, ਉਵੇਂ ਪੁਰਾਣੇ ਜਿਹੇ ਲੀੜੇ ਪਾਏ, ਅਤੇ ਉਹ ਪਹਿਰੇ ਵਾਲਿਆਂ ਨੂੰ ਆ ਕੇ ਆਉਂਦਾ ਵੀ ਮੈਂ ਸਰਦਾਰ ਸਾਹਿਬ ਨੂੰ ਮਿਲਣਾ। ਉਹ ਆਉਂਦੇ ਵੀ ਉਹਦੇ ਚੋਰੀ ਹੋਈ ਹੈ, ਅਤੇ ਵੀ ਆ ਵੇਖਦਾ ਕਿਵੇਂ ਦੁਨੀਆਂ ਕੁੱਟ ਕੁੱਟ ਕੇ ਆਈ ਜਾਂਦੇ, ਅਸੀਂ ਲੰਘਣ ਦੇਣਾ। ਉਹ ਆਉਂਦਾ ਨਹੀਂ ਵੀ ਮੈਂ ਤਾਂ ਮਿਲਣਾ। ਉਹ ਜੋ ਉਹਨੇ 2-4 ਵੇਰ ਰੱਖਿਆ, ਅਤੇ ਉਹ ਆਉਂਦਾ ਵੀ ਚੱਲ ਅਸੀਂ ਪੁੱਛੇ ਆਉਣੇ ਆ। ਹੁਣ ਜਾ ਕੇ ਆਉਂਦੇ ਸਰਦਾਰ ਸਾਹਿਬ, ਇੱਕ ਬੰਦਾ ਗਰੀਬ ਜਿਹਾ, ਉਹ ਆਉਂਦਾ ਵੀ ਮਿਲਣਾ, ਮੈਂ ਜ਼ਰੂਰ ਮਿਲਣਾ। ਉਹ ਆਉਂਦੇ ਲਾਇਓ। ਉਹ ਜਾ ਬੜਾ ਜਾ ਕੇ ਆਉਂਦਾ ਕਿ ਸਰਦਾਰ ਸਾਹਿਬ ਤੇਰੇ ਕਿ ਚੋਰੀ ਹੋ ਗਈ? ਆਖੇ ਹਾਂ। ਕਿੰਨਾ ਕੁ ਕੇ ਕੁਝ ਜਾ ਬੜਿਆ? ਮਾਰਾ ਵੀ ਪਤਾ ਨਹੀਂ ਕਿੰਨਾ ਕੁਝ ਜਾ ਬੜਿਆ। ਹਾਂ ਚੋਰੀ ਮੈਂ ਬਾਹਰ ਖੁੱਲ੍ਹਾ ਵੇਖਿਆ, ਪੰਡ ਵੱਧਦੀ ਪਈ ਆ, ਪਤਾ ਨਾ ਵੀ ਮੈਨੂੰ ਨਹੀਂ ਪਤਾ ਕਿੰਨਾ ਕੁ ਗਿਆ ਜਾਂ ਨਹੀਂ ਗਿਆ ਗਾ। ਉਹ ਆਉਂਦਾ ਵੀ ਮੈਂ ਸੀਗਾ, ਨਹੀਂ ਮੈਂ ਘਰੋਂ ਬਾਹਲਾ ਗਰੀਬ ਸੀਗਾ, ਗਰੀਬ ਹਾਂ ਮੈਂ ਘਰੋਂ ਬਾਹਲਾ, ਅਤੇ ਮੈਂ ਗੁਰੂ ਸਾਹਿਬ ਨੂੰ ਹਰ ਵਕਤ ਯਾਦ ਰੱਖਦਾ। ਉਹ ਮੈਂ ਚੋਰੀ ਕਰਨਾ ਤੁਰਿਆ ਵਾਂ, ਅਤੇ ਗੁਰੂ ਮੈਨੂੰ ਘੋੜੇ 'ਤੇ ਮਿਲ ਪਏ। ਉਹ ਆਉਂਦਾ ਵੀ ਇੱਕ ਤਾਂ ਤੂੰ ਗਰੀਬ ਘਰ ਦੀ ਚੋਰੀ ਨਾ ਕਰੀ, ਇੱਕ ਨੂਣ ਖਾ ਕੇ ਹਰਾਮ ਨਾ ਕਰੀ। ਆਖੇ ਅੱਛਾ, ਜਿਹੜਾ ਤੇਰਾ ਖਿਲਵਾੜੇ ਮਰਤਵਾਨ ਆ, ਉਹ ਤੇਰਾ ਚੂਰਨ ਪਾਇਆ ਨਾ ਵਿੱਚ? ਆਖੇ ਨੂਣ ਪਾਇਆ? ਹਾਂ ਆਖੇ ਪਾਇਆ। ਉਹ ਆਇਆ ਆਖੇ ਮੈਂ ਉਂਗਲ ਲਾ ਕੇ, ਆਖੇ ਮੈਂ ਆਖੇ ਪਾਇਆ ਕਿ ਉਂਗਲ ਲਾ ਕੇ ਵੀ ਮੈਂ ਨੂਣ ਲਾ ਲਿਆ ਚੱਟ ਲਿਆ ਵੀ ਮੈਂ ਆਖਿਆ ਤਾਂ ਨੂਣ ਆ ਵੀ ਨੂਣ ਖਾ ਕੇ ਹਰਾਮ ਨਹੀਂ ਕਰਨਾ। ਉਹ ਫਿਰ ਉਹ ਰਾਜਾ ਉਹਨੂੰ ਆਉਂਦਾ ਵੀ ਰਾਜੇ ਦਾ ਕੋਈ ਪੁੱਤ ਹੀ ਹੈ ਨਹੀਂ ਸੀਗਾ,
ਉਹ ਆਹਦਾ ਜੇ ਮੈਨੂੰ ਗੁਰੂ ਮਿਲਾਵੇ ਨਾ ਮੈਂ ਤਾਂ ਗੱਲ ਹੈ, ਉਹ ਆਹਦਾ ਵੀ ਮਿਲਾ ਦੂੰ ਗੁਰੂ ਨੂੰ ਮਿਲਾ ਦੂੰਗਾ। ਉਹ ਦੋ ਚਾਰ ਦਿਨ ਪੈ ਗਏ ਤਾਂ ਉਹਨੂੰ ਗੁਰੂ ਟੱਕਰਿਆ, ਉਹਨੂੰ ਆਹਦਾ ਮਹਾਰਾਜ ਜੀ ਰਾਜਾ ਜਿਹੜਾ ਫਲਾਨਾ ਰਾਜਾ ਉਹ ਆਉਂਦਾ ਵੀ ਮੈਂ ਨਾ ਦਰਸ਼ਨ ਕਰਨੇ ਬਾਬੇ ਦੇ। ਉਹ ਆਉਂਦਾ ਚੱਲ ਘੋੜਾ ਉਹਨੇ ਉੱਧਰ ਮੋੜ ਲਿਆ, ਉਹ ਮੂਹਰੇ ਲੱਗ ਗਿਆ ਮਗਰ ਘੋੜਾ ਮੋੜ ਲਿਆ, ਪਹਿਰੇ ਉਹਨੇ ਮੈਨੂੰ ਲੰਘਣ ਨਹੀਂ ਦੇਣਾ, ਉਹਨੇ ਵੀ ਨਹੀਂ ਤਾਂ ਲੰਘਾਂਗੇ। ਉਹ ਜਿਹੜਾ ਗੁਰੂ ਸਿੰਘ ਘੋੜੇ 'ਚ ਉਹਦਾ ਉਹਦਾ ਵੀ ਲੰਘ ਗਿਆ ਮਗਰ ਉਹ ਲੰਘ ਗਿਆ, ਉਹ ਲੰਘ ਗਿਆ ਜਾ ਬੜਿਆ। ਉਹਨੇ ਰਾਜੇ ਨੇ ਮੰਜਾ ਮੰਜਾ ਡਾਹਿਆ, ਡਾਹ ਕੇ ਬਹਿ ਗਿਆ ਅਤੇ ਗੱਲਾਂ ਬਾਤਾਂ ਕੀਤੀਆਂ। ਉਹਨੂੰ ਉਹਦਾ ਆਖਿਆ ਮਹਾਰਾਜ ਜੀ ਮੇਰੇ ਨਾ ਕੋਈ ਬੱਚਾ ਹੈ ਹੀ ਨਹੀਂ, ਬੱਚਾ ਹੈ ਨਹੀਂ। ਉਹ ਆਹਦਾ ਵੀ ਤੂੰ ਇਉਂ ਕਰੀ ਬੋਤਲਾਂ ਭਰ ਲਈ ਰੰਗ ਪਾ ਕੇ, ਦੋ ਗੱਡੀ ਲੈ ਲਈ, ਗੱਡੀ ਲੈ ਲਈ ਅਤੇ ਕੇ ਖੁੱਲ੍ਹੇ ਛੱਡ ਲਈ, ਰਾਜ ਨੇ ਵੀ ਕੇ ਖੁੱਲ੍ਹੇ ਛੱਡ ਲਈ, ਉਹਦੇ ਵੀ ਛੱਡ ਲਈ। ਅੱਗੇ ਇੱਕ ਗਲਾਸੀ ਰਾਜ ਨੂੰ ਭਰ ਕੇ ਪਿਆ ਅਤੇ ਇੱਕ ਪੀ ਲਈ, ਸਾਰੇ ਪਿੰਡ ਦਾ ਗੇੜਾ ਰਿਹਾ ਵੀ ਤੇਰੀ ਚਰਚਾ ਹੋ ਜੂਗੀ। ਅਤੇ ਉਹਨੇ ਐਵੇਂ ਕੀਤਾ ਜਿਹੜਾ ਕੋਈ ਰਾਜ ਦਾ ਦਿਮਾਗ ਹਿੱਲ ਗਿਆ, ਰਾਜਾ ਕੌਣਾ ਹੋ ਗਿਆ, ਰਾਜਾ ਐਂ ਹੋ ਗਿਆ, ਰਾਣੀ ਲਈ ਫਿਰਦਾ ਸ਼ਰਾਬ ਪੀਂਦੇ ਤੁਰੇ ਫਿਰਦੇ ਆ। ਉਹ ਜਿੰਨੀ ਕਿਸੇ ਗੱਲ ਦੀ ਜਿੰਨੀ ਚਰਚਾ ਹੋਵੇ ਉਨਾ ਆਪਣਾ ਕੰਮ ਵੱਧਦਾ। ਉਹ ਆਉਂਦਾ ਕਿ ਚੰਗਾ ਉਹ ਬਹਿ ਗਏ। ਫਿਰ ਨਾ ਤੁਸੀਂ ਇਉਂ ਗਏ ਇਉਂ ਕਰੀ ਵੀ ਤੂੰ ਪੁੰਨ ਦਾਨ ਕਰੀ, ਪੁੰਨ ਦਾਨ ਕਰੀ ਨੰਗੇ ਪਏ ਤੁਸੀਂ ਸੇਵਾ ਕਰਨੀ ਹੈ ਅਤੇ ਸੰਗ 'ਚ ਬਹਿ ਕੇ ਤੁਸੀਂ ਰੋਟੀ ਖਾਣੀ ਹੈ। ਉਹਨਾਂ ਦੇ ਕੇ ਚੰਗਾ ਅਤੇ ਉਹਨੇ ਲੰਗਰ ਲਾ ਦਿੱਤਾ, ਸਾਰੀ ਦੁਨੀਆਂ ਵੀ ਖਾ ਖਾ ਤੁਰੀ ਜਾਵੇ। ਰਾਜੇ ਨੇ ਜਾਂ ਸੰਗ ਤੋਂ ਰੋਟੀ ਖਾਣ ਲੱਗੇ, ਰਾਜਾ ਵੀ ਬਹਿ ਗਿਆ, ਚੌਂਕੜੀ ਮਾਰ ਕੇ ਰਾਣੀ ਬਹਿ ਗਈ, ਜਿਹੜਾ ਕੁੜ ਖਿਲਾ ਖੁੜੇ ਰਵਾਜਾ ਤਾਂ ਨੰਗੇ ਪੈਰ ਤੁਰੇ ਫਿਰਦਾ। ਰਾਜੇ ਨੇ ਸੰਗ 'ਚ ਬਹਿ ਕੇ ਰੋਟੀ ਖਾ ਲਈ, ਰਾਣੀ ਨੇ ਐਂ ਕਰ ਲਈ ਜਾਂ ਕਰ ਲਈ। ਉਦੋਂ ਬਾਅਦ ਫਿਰ ਤੁਹਾਡਾ ਕੁੜੀ ਹੋਊਗੀ, ਕੁੜੀ ਹੋ, ਜਦੋਂ ਕੁੜੀ ਹੋਈ ਨਾ ਉਹ ਪੁੱਤਾਂ ਵਾਂਗੂ ਪਾਲਣੀ ਆ। ਉਹਨੂੰ ਨਾ ਇਉਂ ਨਹੀਂ ਅੱਖਣਾ ਵੀ ਕੁੜੀ ਆ, ਅੱਖਾਂ ਵੀ ਮੇਰਾ ਮੁੰਡਾ। ਚਲ ਕੁੜੀ ਹੋ ਗਈ, ਕੁੜੀ ਹੋ ਗਈ, ਜਦੋਂ ਵਾਹਵਾ ਮਟਿਆਰ ਜੇ ਹੋ ਗਈ, ਵਾਹੀਆਂ 20 ਸਾਲਾਂ ਦੀ, ਉਹ ਰਾਣੀ ਆਖਣ ਲੱਗੇ ਆਪਾਂ ਆਖੇ ਬੱਚਿਆਂ ਨੂੰ ਵਿਆਹ ਲਈਏ, ਹੋਰ ਵੀ ਹੁਣ 20ਵਾਂ ਸਾਲ ਲੱਗ ਗਿਆ ਵੀ ਆਪਾਂ ਵਿਆਹ ਲਈਏ। ਉਹਦਾ ਕਿਸ਼ ਵਿਆਹ ਲੈਂਦੇ, ਅੱਗੇ ਲੱਗ ਹੀ ਜਾਂਦੇ ਸ਼ਗਨ ਲੈ ਕੇ, ਉਹਨੇ ਨਾ ਲੱਗ ਹੀ ਘੱਲਿਆ ਵੀ ਮੈਂ ਮੁੰਡਾ ਮੰਗਣਾ, ਮੁੰਡਾ ਮੰਗਣਾ। ਆ ਗਿਆ ਇੱਕ ਰਾਜਾ, ਆ ਗਿਆ ਰਾਜਾ, ਆ ਗਿਆ ਘਰ ਕੋਲ ਵੇਖ ਕੇ, ਮੁੰਡਾ ਵੇਖ ਕੇ ਅਤੇ ਉਹਨੇ ਲੱਗ ਹੀ ਨਹੀਂ ਸ਼ਗਨ ਦੇ ਕੇ ਘਰ ਤਾ। ਸ਼ੱਕਰ ਹੁੰਦੀ ਸੀ 1.25 ਕਿਲੋ, 2 ਵਿੱਚ ਰੁਪਈਏ ਹੁੰਦੇ ਸੀ, ਆਹ ਅੱਗੇ ਕੋਲ ਹੁੰਦਾ ਸੀ। ਅਤੇ ਉਹ ਤਾਂ ਰੱਖ ਗਿਆ ਸ਼ਗਨ ਰੱਖ ਗਿਆ, ਜਿਹੜਾ ਕਿਹੜਾ ਕੋਈ ਬੋਲੇ ਕੁੜੀ ਨੂੰ ਕੁੜੀ ਮੰਗੋ, ਜੋ ਚੱਲ ਪਏ ਭਾਡੀਆਂ ਵਾਲੇ, ਕੁੜੀ ਨੂੰ ਕੁੜੀ ਮੰਗਿਆ, ਕੁੜੀ ਨੂੰ ਕੁੜੀ ਮੰਗਿਆ, ਕੁੜੀ ਨੂੰ ਕੁੜੀ। ਉਹ ਆਉਣਾ ਵੀ ਜਿੱਥੇ ਰਾਜਾ ਫਿਰ ਆਉਂਦਾ ਨਾ ਵੀ ਜਿੱਥੋਂ ਉਹ ਕੁੜੀ ਰੋਟੀ ਖਾਊਗੀ ਉੱਥੋਂ ਮੇਰੀ ਕੁੜੀ ਰੋਟੀ ਖਾ ਲਊ, ਉੱਥੋਂ ਮੇਰੀ ਖਾ ਲਊ। ਅਤੇ ਚੱਲ ਜਦੋਂ ਵਿਆਹ ਬੰਨ ਲਿਆ, ਵਿਆਹ ਬੰਨ ਲਿਆ, ਆ ਗਿਆ ਮੇਰ ਗੇ, ਆ ਗਿਆ ਸਾਰਾ ਨਾਚ ਧੋ ਕੀਤੀ, ਸਾਰਾ ਕੁਝ ਕੀਤਾ। ਅਤੇ ਜਦੋਂ ਜਾਂ ਚੜ੍ਹਨੀ ਸੀਗੀ ਉਹ ਘੋੜੇ 'ਤੇ ਬੈਠਾ, ਅੱਗੇ ਝੜੀ ਜੀ ਸੀਗੀ, ਅੱਗੇ ਝੜੀਆਂ ਹੁੰਦੀਆਂ ਸੀਗੀਆਂ, ਅਤੇ ਉੱਥੇ ਨਾ ਗੁਰੂ ਸਾਹਿਬ ਬੈਠਾ। ਉਹ ਘੋੜੇ ਦੀਆਂ ਬਥੇਰੀਆਂ ਬਾਗਾਂ ਬੁੱਗਾਂ ਖਿੱਚੇ ਘੋੜੇ ਦੀਆਂ, ਉਹ ਤਾਂ ਉੱਥੇ ਲੈ ਗਿਆ ਜੀ। ਉਹਦਾ ਗੁਰੂ ਸਾਹਿਬ ਸਾਹਮਣੇ ਮੱਥੇ ਲੱਗਾ, ਉਹ ਮੁੰਡਾ ਬਣ ਗਿਆ।